ਲੋਕਾਂ ਦੇ ਭੇਡ ਤੇ ਹੰਗਾਮੇ ਦੀਆਂ ਇਹ ਤਸਵੀਰਾਂ ਇੱਕ ਦੁਕਾਨ ਦੇ ਬਾਹਰ ਦੀਆਂ ਨੇ ਜਿੱਥੇ ਦੁਕਾਨਦਾਰ ਤੇ ਜਾਨਲੇਵਾ ਹਮਲਾ ਹੋਇਆ ਜਿਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ। ਮਹਿਜ਼ ਇੱਕ ਐਕਟਿਵਾ ਸੁੱਟਣ ਨੂੰ ਲੈ ਕੇ ਇਹ ਗੱਲ ਸ਼ੁਰੂ ਹੋਈ ਤੇ ਖੂਨੀ ਝੜਪ ਚ ਬਦਲ ਗਈ। ਦਰਅਸਲ ਇੱਥੇ ਦੁਕਾਨ ਦੇ ਬਾਹਰ ਇੱਕ ਐਕਟਿਵਾ ਖੜੀ ਸੀ ਜਿਸ ਨੂੰ ਕਾਰ ਸਵਾਰਾਂ ਦੇ ਵੱਲੋਂ ਟੱਕਰ ਮਾਰ ਕੇ ਸੁੱਟ ਦਿੱਤਾ ਜਾਂਦਾ ਹੈ। ਐਕਟਿਵਾ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਦੁਕਾਨਦਾਰ ਕਾਰ ਸਵਾਰਾਂ ਨੂੰ ਰੋਕ ਕੇ ਉਹਨਾਂ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕਰਦਾ ਹੈ। ਇਸੇ ਗੱਲ ਨੂੰ ਲੈ ਕੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਕਾਰ ਚਾਲਕ ਆਪਣੀ ਗੱਡੀ ਚੋਂ ਰੋਡ ਕੱਢ ਕੇ ਲਿਆਂਦਾ ਹੈ ਤੇ ਦੁਕਾਨਦਾਰ ਦੇ ਸਿਰ ਤੇ ਹਮਲਾ ਕਰ ਦਿੰਦਾ ਹੈ। ਸਿਰ ਤੇ ਰੋਡ ਮਾਰ ਕੇ ਦੁਕਾਨਦਾਰ ਦਾ ਸਿਰ ਤੱਕ ਪਾੜ ਦਿੰਦਾ ਹੈ। ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ। ਦੁਕਾਨ ਦੇ ਅੰਦਰ ਲੋਕ ਆਪਣਾ ਬਚਾਅ ਕਰ ਰਹੇ ਨੇ ਕਿਉਂਕਿ ਕਾਰ ਚਾਲਕ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਤੇ ਬਾਹਰ ਲੋਕ ਵੀ ਦਹਿਸ਼ਤ ਦੇ ਵਿੱਚ ਹੁੰਦੇ ਨੇ। ਜਿਵੇਂ ਹਮਲਾ ਕਰਕੇ ਹਮਲਾਵਰ ਬਾਹਰ ਨਿਕਲਦਾ ਹੈ ਤਾਂ ਸਾਰੇ ਲੋਕ ਵੀ ਉੱਥੋਂ ਭੱਜ ਜਾਂਦੇ ਨੇ। ਦੁਕਾਨਦਾਰ ਜੋ ਦੁਕਾਨ ਚੋਂ ਬਾਹਰ ਨਿਕਲਦਾ ਹੈ ਉਸਦੇ ਸਿਰ ਚੋਂ ਖੂਨ ਵਗ ਰਿਹਾ ਹੁੰਦਾ ਹੈ, ਰੁਮਾਲ ਰੱਖ ਕੇ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਨਾਲ ਹੀ ਉਸ ਕਾਰ ਚਾਲਕ ਨੂੰ ਮੁੜ ਤੋਂ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਫਿਰ ਤੋਂ ਇੱਕ ਕਾਰ ਸਵਾਰ ਹੈ ਉਸਦੇ ਵੱਲ ਲੋਹੇ ਦੀ ਰੋਡ ਲੈ ਕੇ ਹਮਲਾ ਕਰਨ ਲਈ ਆਉਂਦਾ ਹੈ ਜਿਸ ਨੂੰ ਇੱਕ ਵਿਅਕਤੀ ਦੇ ਵੱਲੋਂ ਰੋਕ ਲਿਆ ਜਾਂਦਾ ਹੈ। ਇਸ ਹਮਲੇ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਦੁਕਾਨਦਾਰ ਹੈ ਅਤੇ ਇੱਕ ਉਹਨਾਂ ਦੇ ਨਾਲ ਕੰਮ ਕਰਨ ਵਾਲਾ ਕਰਿੰਦਾ। ਇਹ ਤਸਵੀਰਾਂ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੀਆਂ ਨੇ ਜਿੱਥੇ ਦੁਕਾਨ ਦੇ ਬਾਹਰ ਖੜੀ ਐਕਟਿਵਾ ਸੁੱਟਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਤੇ ਕਾਰ ਸਵਾਰਾਂ ਨੇ ਲੋਹੇ ਦੀ ਰੋਡ ਦੇ ਨਾਲ ਦੁਕਾਨਦਾਰ ਤੇ ਹਮਲਾ ਕਰ ਦਿੱਤਾ, ਰੋਡ ਮਾਰ ਮਾਰ ਕੇ ਉਸਦਾ ਸਿਰ ਤੱਕ ਪਾੜ ਦਿੱਤਾ, ਜਿਸ ਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਚ ਹਸਪਤਾਲ ਲਿਜਾਇਆ ਗਿਆ। ਉਧਰ ਹੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ। ਭਾਜੀ ਹੋਇਆ ਤਾਂ ਕੁਛ ਵੀ ਨਹੀਂ, ਅਸੀਂ ਤਾਂ ਦੁਕਾਨ ਤੇ ਬਿੰਦਾ, ਮੈਂ ਤਾਂ ਮੇਰਾ ਮੁੰਡਾ ਦਾ ਦੁਕਾਨ ਤੇ ਉਹ ਐਕਟਿਵਾ ਨੂੰ ਸਾਈਡ ਮਾਰੀ ਉਹਨਾਂ ਨੇ ਗੱਡੀ 'ਚ ਆ ਕੇ ਮੇਰੇ ਮੁੰਡੇ ਨੇ ਉਹਨੂੰ ਕਿਹਾ ਕਿ ਬਈ ਤੂੰ ਨੁਕਸਾਨ ਕਰ ਜਾ, ਨੁਕਸਾਨ ਭਰ ਕੇ ਜਾ। ਕਹਿੰਦਾ ਨਹੀਂ ਆਉਣਾ ਸੀ, ਉਹ ਫਿਰ ਗਾਲ ਗੂਲ ਕਰਨ ਲੱਗੇ, ਫਿਰ ਆ ਕੇ ਮਾਰਪੀਟ ਕੀਤੀ ਮੇਰੇ ਛੋਟੇ ਵਾਲੇ ਮੁੰਡੇ ਨੂੰ, ਫਿਰ ਬੜੇ ਵਾਲੇ ਮੁੰਡੇ ਨੂੰ ਕੁੱਟਿਆ। ਮੈਂ ਘਰੇ ਗਿਆ ਵਾ ਤਾਂ ਫਿਰ ਮੇਰੇ ਨਾਲ ਵੀ ਆ ਕੇ 25-25 ਵਜੇ ਬੰਦੇ ਆਏ, ਫਿਰ ਉਹਨਾਂ ਸਭ ਨੇ ਕੁੱਟਿਆ ਕੇ ਸਾਨੂੰ ਸਿਰ ਸਰ ਪੜ ਦਿਆ ਸਭ ਦੇ ਸਰ। ਕਿਹੜੀ ਜਗ੍ਹਾ ਤੇ ਦੁਕਾਨ ਤੇ? ਸ਼ੇਰਪੁਰ 'ਚ। ਕੀ ਕੰਮ ਕੀ ਕਰਦੇ? ਨਾਈਦਾ। ਨਾਈਦਾ ਤੇ ਐਕਟਿਵਾ ਕਿੱਥੇ ਦੁਕਾਨ ਦੇ ਬਾਹਰ ਖੜਾ? ਹਾਂਜੀ ਦੁਕਾਨ ਦੇ ਮੂਰੇ। ਤੇ ਕੀ ਮਾਰਿਆ ਕੀ ਇਹਦਾ ਫਿਰ? ਮੇਰੇ ਤਾਂ ਰਾੜ ਮਾਰੀ ਜੀ, ਲੋਹੇ ਦੀ ਰਾੜ ਦੀ ਉਹਨਾਂ ਦੇ ਰਾੜ ਮਾਰੀ ਉਹਨਾਂ ਨੇ। ਕਿੰਨੇ ਜਣੇ ਸੀ ਜੀ? 20-25 ਬੰਦੇ ਦੇ ਜੀ। ਤੇ ਮਸਲਾ ਕੀ ਸੀਗਾ? ਮਸਲਾ ਬਸ ਐਕਟਿਵਾ ਦੇ ਪਿੱਛੇ ਹੀ ਵਾ, ਉਹਨਾਂ ਨੇ ਦੁਕਾਨ ਦੇ ਸੀਸੇ ਸਾਸੇ ਵੀ ਤੋੜ ਦਿੱਤੇ ਸਾਰੇ। ਕੋਈ ਪੁਰਾਣੀ ਰੰਜਿਸ਼ ਹੈ? ਨਾ ਜੀ ਨਾ ਰੰਜਿਸ਼, ਆਪਾਂ ਪਤਾ ਹੀ ਨਹੀਂ ਨਾਲ ਵਾਲੇ ਨੂੰ ਪਤਾ ਜੀ ਕੋਈ ਰੰਜਿਸ਼ ਹੋ ਗਈ ਤਾਂ ਉਹਨਾਂ ਨੂੰ ਪਤਾ ਹੋਣਾ, ਜਦ ਉਹਨਾਂ ਨੇ ਹੀ ਕਰਾਈ ਹੋਣੀ ਨਾਲ ਵਾਲੇ ਨੇ ਸਾਡੇ। ਕਿੰਨੇ ਜਣੇ ਸੱਟਾ ਲੱਗੇ ਤੁਹਾਡੇ? 3 ਬੰਦੇ ਦੇ ਸੱਟੇ ਜੀ। ਤੇ ਅੱਜ ਸਿਵਲ ਕੀ ਕਰ ਰਹੇ ਹੋ? ਸਿਵਲ ਆਪਣਾ ਪਰਚਾ ਕਰਾਟਾ ਆਇਆ ਜੀ। ਪ੍ਰਸ਼ਾਸਨ ਨੂੰ ਫੋਨ ਕੀਤਾ ਸੀ? ਹਾਂਜੀ ਹਾਂਜੀ ਪ੍ਰਸ਼ਾਸਨ ਨੂੰ ਫੋਨ ਕੀਤਾ। ਜਿਹੜੇ ਦੁਕਾਨ ਦੇ ਬਾਹਰ ਖੜੇ ਸੀ ਜੀ, ਐਕਟਿਵਾ ਸਾਡੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ, ਠੀਕ ਹੈ ਜੀ। 3-4 ਮੁੰਡੇ ਆਏ ਗੱਡੀ ਤੋਂ, ਉਹਨਾਂ ਨੇ ਸਾਈਡ ਮਾਰੀ, ਐਕਟਿਵਾ ਛੱਲੇ ਡਿੱਗ ਗਏ। ਅਸੀਂ ਉਹਨੂੰ ਰੋਕ ਕੇ ਕਿਹਾ ਵੀ ਭਰਪਾਈ ਕਰ ਦਿਓ ਜਿੰਨਾ ਨੁਕਸਾਨ ਹੋਇਆ ਸਾਡਾ। ਔਖੇ ਹੋ ਕੇ ਬੋਲਣ ਲੱਗ ਪਏ, ਗਾਲਾ ਗੁਲਾ ਕੱਢਤੇ ਉਹਨਾਂ ਨੇ, ਫਿਰ ਉਹਨੇ ਆ ਕੇ ਕੁੱਟਮਾਰ ਕਰਨ ਲੱਗ ਪਏ ਜੀ। ਲੋਹੇ ਜੀ ਰੋਡ 'ਚ ਜੀ। ਕਿੰਨੇ ਬੰਦੇ ਸੀ? ਪਹਿਲੇ 3-4 ਆਏ ਜੀ, ਫਿਰ ਬਾਅਦ 'ਚ 20-25 ਮੁੰਡੇ ਆਏ ਜੀ। ਕੋਈ ਸੀਸੀਟੀਵੀ ਆਈ ਹੈ? ਹਾਂਜੀ ਦੁਕਾਨ ਦੇ ਨਾਲ ਹੈਗੇ ਉਹਨਾਂ ਦੇ ਕੋਲ। ਉਹਨਾਂ ਨੇ ਤੁਹਾਨੂੰ ਕੁੱਟਿਆ, ਉਹਨਾਂ ਦਾ ਨਾਮ ਕੀ ਹੈ? ਨਾਮ ਨਹੀਂ ਪਤਾ ਜੀ ਉਹਨਾਂ ਦਾ। ਬਾਹਰ ਦੇ ਸੀ। ਰਾਜਵੀਰ ਸੀ? ਹਾਂਜੀ ਰਾਜਵੀਰ ਸੀਗੇ। ਹਾਂਜੀ।